ਰਾਮ ਰਾਮ ਜੀ ਸਾਰਿਆਂ ਨੂੰ। ਸਵੇਰੇ ਸਵੇਰੇ ਮੈਂ ਲੱਗੀ ਵਧੀ ਹਾਂ ਕੰਮ, ਕਿਉਂਕਿ ਅੱਜ ਮੇਰੇ ਕੋਲ ਫਟਾਫਟ ਕੰਮ ਨਿਬੇੜ ਕੇ ਤੇ ਆਪਣੀ ਤਿਆਰੀ ਕਰਨੀ ਹੈ, ਕਿਉਂਕਿ ਅੱਜ ਮੈਂ ਵੰਨਣਾ ਹੈ ਪੇਕੇ। ਮੈਨੂੰ ਵੰਨਣਾ ਆਪਣੇ ਮਾਮਾ ਘਰ। ਬਹੁ ਦਿਨ ਦਾ ਸਿਰ ਖਾਤੀ ਵਧਾਈ ਕਿ ਮੰਮਾ ਮਾਮਾ ਘਰ ਚੱਲੋ ਚੱਲੋ ਚੱਲੋ, ਮੈਂ ਕਿਹਾ ਚੱਲ ਅੱਜ ਫਿਰ ਬਿਰਾ ਕਹਿੰਦਾ ਮੈਂ ਅੱਜ ਆਵੇ ਸਾਂ ਤੇ ਮੇਰੇ ਨਾਲ ਤੂੰ ਵਾਪਸ ਆਵੰਨੇ। ਮੈਂ ਕਿਹਾ ਚਲੋ ਠੀਕ ਹੈ, ਇਵੇਂ ਕਰ ਲੈ ਸੋ। ਤੇ ਸਾਡੇ ਘਰ ਇਹ ਹੁੰਦਾ ਕਿ ਬਿਰਾ ਲਵਣ ਆਉਂਦਾ ਛੁੱਟੀ ਆਏ ਤੇ ਫਿਰ ਬਾਅਦ ਵਿੱਚ ਮੇਰਾ ਗੋਟ ਮੇਰੇ ਕੋਲ ਲਵਣਾ ਸੀ ਵਾਪਸ। ਤੇ ਇੱਥੇ ਮੈਂ ਆਪਣੇ ਰਸੋਈ ਦੇ ਕੰਮ ਕਰਨੇ ਨੇ, ਹਾਲੇ ਢੇਰ ਸਾਰੇ ਕੰਮ ਪਏ ਨੇ, ਕੁਛ ਵੀ ਕਹਿ ਨਹੀਂ ਕੀਤਾ। ਹਾਲੇ ਰਸੋਈ ਸਬਜ਼ੀਆਂ ਬਣਾਉਣੀਆਂ ਤੇ ਇਹ ਵੀ ਨਹਾ ਕੇ ਆ ਗਏ ਨੇ, ਇਹਨਾਂ ਦੇ ਵਾਸਤੇ ਵੀ ਨਾਸ਼ਤਾ ਬਣਾਉਣਾ। ਤੇ ਸਵੇਰ ਦਾ ਘਰੇ ਸ਼ੋਰ ਚੱਲਦਾ ਪਿਆ ਕਿ ਅੱਜ ਇਲੈਕਸ਼ਨ ਦਾ ਰਿਜ਼ਲਟ ਹੈ ਨਾ, ਕਹਿੰਦੀ ਸਰਕਾਰ ਬਣਨੀ ਹੈ। ਤੇ ਫਟਾਫਟ ਮੈਂ ਸਬਜ਼ੀਆਂ ਬਣਾਉਣ ਦੀ ਤਿਆਰੀ ਕਰਦੀ ਪਈ ਹਾਂ, ਤੇ ਚਾਵਲ ਦੀ ਤਿਆਰੀ ਕਰਦੀ ਪਈ ਹਾਂ, ਉਹ ਇੱਥੇ ਬਿਰਾ ਆ ਵੀ ਗਿਆ। ਤੇ ਮੈਨੂੰ ਕਿ ਇੰਨੀ ਬੇਚੈਨੀ ਲੱਗੀ ਵਧੀ ਆਈ, ਇੰਨੀ ਬੇਚੈਨੀ ਲੱਗੀ ਹੋਈ ਦੇ ਕਿ ਘੰਟੇ ਦਾ ਬਾਹਰ ਖੜੋਤਾ ਕਿ ਮੰਮੀ ਮਾਮਾ ਆਵਣਾ ਲੈ ਕੇ ਲਿਆ ਸੀ ਕੇ ਲਿਆ ਸੀ। ਮਾਮਾ ਜਿਵੇਂ ਹੀ ਆਇਆ ਤੇ ਹਲਕੀ ਹਲਕੀ ਬਰਸਾਤ ਵੀ ਥਿਮਣ ਲੱਗ ਗਈ ਹੈ। ਤੇ ਛੋਟੀ ਜੀ ਮੇਰੀ ਕਿਊਟ ਜੀ ਭਤੀਜੀ ਜਿਹੜੀ ਤੁਸੀਂ ਵੇਖਦੇ ਪਏ ਹੋ ਨਾ, ਇਹ ਆਪਣਾ ਪਾਣੀ ਨਾਲ ਖੇਡਣ ਖੜੋ ਗਈ ਹੈ ਘਰ ਆਵਣ ਤੋਂ ਪਹਿਲੇ। ਇੱਕ ਬਰਸਾਤ ਇੰਨੀ ਚੰਗੀ ਲੱਗਦੀ ਹੈ ਕਿ ਬਾਲਕ ਨਾ ਉਲਟੇ ਉਲਟੇ ਕੰਮਾਂ ਵਿੱਚ ਬਹੁਤ ਸਵਾਦ ਆਉਂਦਾ ਹੈ। ਤੇ ਇਹ ਬਰਸਾਤ ਵੇਖ ਕੇ ਇੰਨੀ ਖੁਸ਼ ਥੀਂਦੀ ਪਈ ਹੈ, ਮੈਂ ਕਿਹਾ ਚੱਲ ਅੰਦਰ। ਤੇ ਅੰਦਰ ਵੀ ਨਹੀਂ ਵੜਦੀ ਪਈ, ਕਹਿੰਦੀ ਮੈਂ ਬਾਹਰ ਹੀ ਪਾਣੀ ਵਿੱਚ ਖੜੇ ਸਾਂ। ਅੰਦਰ ਵੜੀਏ ਤੇ ਮੈਂ ਕੋਈ ਖਿਲੌਣੇ ਵੀ ਖਾਏ ਜਿਹੜੇ ਮੈਂ ਲੈ ਕੇ ਆਈ ਹਾਂ ਇਹਦੇ ਵਾਸਤੇ, ਤੇ ਵੇਖ ਕੇ ਇੰਨੀ ਖੁਸ਼ ਤੇ ਨਿਹਾਲ ਥਈ ਹੈ ਕਿ ਬਸ ਮੇਰੇ ਕੋ ਪੱਟ ਕੇ ਦਿਓ ਚਾਹੇ ਇਹਦੇ ਚੋਂ ਜਿਹੜਾ ਕੁਛ ਵੀ ਹੈ ਕੱਢ ਕੇ ਦਿਓ ਚਾਹੇ ਮੈਂ ਖਿੰਡਾਵਾਂ ਤੇ ਖੇਡਾਂ। ਤੇ ਬਿਰਾ ਭਰਜਾਈ ਦੇ ਨਾਸ਼ਤੇ ਵਾਸਤੇ ਮੈਂ ਬਣਾਏ ਛੋਲੇ ਤੇ ਕੁਲਚੇ। ਤੇ ਛੋਲੇ ਦੁਪਹਿਰੇ ਵੀ ਕੰਮ ਆਵੇ ਸਨ, ਤੇ ਨਾਲੇ ਦੁਪਹਿਰੇ ਦੇ ਵਾਸਤੇ ਮੈਂ ਜੀਰੇ ਵਾਲੇ ਆਲੂ ਬਣਾਏ ਨੇ। ਬਿਰਾ ਕੋ ਚੰਗੇ ਲੱਗਦੇ ਤੇ ਮੈਨੂੰ ਵੀ ਚੰਗੇ ਲੱਗਦੇ। ਇਹ ਪਾਰ ਵੀ ਇਹ ਛੋਟੀ ਜੀ ਸੀ ਮੇਰੀ ਭਤੀਜੀ, ਇਹ ਆਪਣਾ ਆ ਕੇ ਮੇਰੇ ਡਰੈਸਿੰਗ ਤੇ ਕਬਜ਼ਾ ਕਰ ਲਿਆ। ਇਹਨੂੰ ਵੀ ਆਪਣੀ ਬੁਆ ਵਾਲੇ ਤਰੀਕੇ ਬਹੁਤ ਸ਼ੌਕ ਹੈ ਸੱਜਣ ਦਾ, ਆਂਦੇ ਨਾਲ ਆਪਣਾ ਸੱਜਣ ਖੜੋ ਗਈ ਹੈ। ਵੇਖਦੇ ਪਏ ਹੋ ਜਿਵੇਂ ਕਿ ਸ਼ੀਸ਼ੇ ਦੇ ਅੱਗੋਂ ਬਸ ਆਪਣੇ ਵਾਲ ਸਵੇ ਰਹੇ ਸੀ, ਤੇ ਕਦੇ ਲਿਪਸਟਿਕ ਲਏ ਸੀ ਤੇ ਕਦੇ ਕੁਛ ਕਰੇ ਸੀ। ਫਿਰ ਥੋੜੀ ਦੇਰ ਆਰਾਮ ਕੀਤਾ ਖਾ ਪੀ ਕੇ, ਕਿਉਂਕਿ ਇਹ ਸਵੇਰ ਦੇ ਆਏ ਨੇ, ਟਾਈਮ ਨਾਲ ਠੱਡੇ ਠੱਡੇ ਟਾਈਮ ਆ ਗਿਆ ਨਾ, ਤੇ ਪਾਰ ਵੀ ਜਲਦੀ ਉੱਠੀ ਗਈ ਆ। ਇਹ ਤਾਂ ਹੁਣ ਸਾਂਭ ਪਈ ਹੈ ਮੈਂ, ਇੰਨੇ ਚ ਫਟਾਫਟ ਰਸੋਈ ਦੇ ਕੰਮ ਨਿਬੇੜ ਲੈਣ, ਤਿਆਰੀ ਤਿਉਰੀ ਕਰ ਲਈ ਹੈ ਦੁਪਹਿਰ ਦੀ ਰੋਟੀ ਦੀ। ਮੈਂ ਕਿਹਾ ਚੱਲ ਫਟਾਫਟ ਰੋਟੀ ਰੋਟੀ ਖਾ ਕੇ ਫਿਰ ਆਪਾਂ ਸ਼ਾਮੀ ਜਲਦੀ ਜਲਦੀ ਨਿਕਲ ਸੋ। ਇੱਥੇ ਇਹ ਵੀ ਆ ਗਏ ਤੇ ਆਪਣਾ ਰੋਟੀ ਰੋਟੀ ਖਾਧੀ ਹੈ, ਨਾਲ ਪਾਰ ਵੀ ਆਪਣਾ ਬੈਠੀ ਹੈ, ਉਹ ਕੁਛ ਹੋਰ ਹੀ ਖਾਂਦੀ ਪਈ ਹੈ, ਉਹਦੇ ਆਪਣੇ ਵੱਖਰੇ ਸਵਾਦ ਹੈ। ਤੇ ਇਹ ਮੈਨੂੰ ਕੋ ਵੇਖ ਕੇ ਇੰਨੀ ਖੁਸ਼ ਥੀਂਦੀ ਪਈ ਹੈ ਨਾ, ਇੰਨਾ ਖੇਡਦੀ ਪਈ ਹੈ ਮੈਨੂੰ ਨਾਲ ਕਿ ਭਈਆ ਭਈਆ ਮੇਰੇ ਕੋ ਭਈਆ ਨਾਲ ਖੇਡਣ ਕੋ ਮਿਲ ਗਿਆ। ਉਹ ਘਰ ਚ ਤਾਂ ਇਕੱਲੀ ਆਉਂਦੀ ਹੈ ਨਾ, ਇੱਥੇ ਬਿਰਾ ਨਾਲ ਇਤਨਾ ਖੇਡਦੀ ਪਈ ਹੈ। ਜਿਹੜਾ ਮੈਂ ਇਹਦੇ ਵਾਸਤੇ ਲੈ ਆਉਂ ਨਾ ਡਾਕਟਰ ਸਾਹਿਬ, ਤੇ ਵਾਰ ਵਾਰ ਆਪਣੇ ਬਿਰਾ ਕੋ ਇੰਜੈਕਸ਼ਨ ਲੈਂਦੀ ਪਈ ਹੈ, ਦਵਾਈਆਂ ਖਵੇਂਦੀ ਪਈ ਹੈ, ਕਦੀ ਬੁਖਾਰ ਚੈੱਕ ਕਰਦੀ ਪਈ ਹੈ, ਤੇ ਨਾਲੇ ਆਪਣੇ ਫੁੱਫੇ ਦਾ ਵੀ ਇਵੇਂ ਕਰਦੀ ਪਈ ਹੈ, ਫੁੱਫੇ ਨਾਲ ਵੀ ਖੇਡਦੀ ਪਈ ਹੈ। ਥੋੜੀ ਦੇਰ ਤਾਂ ਰੋਂਦੀ ਹੈ ਜੇ ਲਈ ਘਰ ਆਉਂਦੀ ਹੈ, ਉਸ ਤੋਂ ਬਾਅਦ ਸਾਰਿਆਂ ਚ ਮਿਕਸ ਥੀ ਵੈਂਦੀ ਹੈ। ਬੱਚਿਆਂ ਦਾ ਤਾਂ ਇਵੇਂ ਹੁੰਦਾ, ਫਿਰ ਥੀ ਗਈ ਹੈ ਮੇਰੇ ਜਾਵਣ ਦੀ ਤਿਆਰੀ, ਸ਼ਾਮ ਵੀ ਥੀ ਗਈ ਹੈ, ਟਾਈਮ ਨਾਲ ਪਹੁੰਚੂ, ਮੇਰਾ ਦੇਰਾ ਥੀ ਵੈਂਦਾ ਨਾ ਤਾਂ ਗੱਡੀ ਚਲਾਉਣੀ ਚੀਜ਼ ਔਖਾ ਥੀਂਦਾ। ਫਿਰ ਇਹ ਤਾਂ ਆਪਕੂ ਮੈਡਮ ਸੱਜ ਕੇ ਬਹਿ ਗਈ ਹੈ, ਇਹ ਆਪਣਾ ਆਂਦੇ ਵੈਂਦੇ ਟਾਈਮ ਵਿੱਚ ਆਪਣੀ ਵਿੱਚ ਵਾਲੀ ਸੀਟ ਵਿੱਚ ਫਸ ਕੇ ਬਹਿ ਵੈਂਦੀ ਹੈ, ਇਹਨੂੰ ਇੱਥੋਂ ਕੋਈ ਨਹੀਂ ਹਿਲਾ ਸਕਦਾ। ਨਾਲੇ ਗੱਡੀ ਇਸ ਦਾ ਆਪਣੇ ਮਨ ਪਸੰਦ ਆਪਣਾ ਨਾਟਕ ਚੱਲ ਵੈਲ ਵੀ ਚਲਵਾ ਲੈਂਦੀ ਹੈ, ਜਿਹੜਾ ਕਿ ਕਾਰਟੂਨ ਹਰੇ ਚੀਜ਼ ਚਾਹੇ ਕੁਛ ਵੀ ਹੋਵੇ ਇਹਦੇ ਕਾਰਟੂਨ ਚੱਲਦੇ ਨੇ, ਤਾਂ ਗੱਡੀ ਚ ਇਹਦੇ ਕਾਰਟੂਨ ਚੱਲਦੇ ਨੇ ਬਸ। ਹੋਰ ਕੋਈ ਬੰਦਾ ਨਾ ਗਾਣੇ ਸੁਣ ਸਕਦਾ ਹੈ, ਨਾ ਗਾਰੇ ਚ ਟੀਵੀ ਚ ਕੁਛ ਹੋਰ ਚਲਾ ਸਕਦਾ, ਇਹਦੀ ਮਰਜ਼ੀ ਚੱਲ ਸੀ, ਛੋਟੇ ਬੱਚੇ ਦੀ ਮੰਨਣੀ ਪਾਉਂਦੀ ਹੈ। ਤੇ ਪਹੁੰਚ ਗਏ ਆ ਆਪ ਆਪਣੇ ਭਰਾ ਦੇ ਘਰ। ਘਰ ਪਹੁੰਚੇ ਤਾਂ ਮੈਨੂੰ ਪਹਿਲੇ ਤਾਂ ਆਪਣੀਆਂ ਮਛਲੀਆਂ ਕੋ ਵੇਖ ਕੇ ਬਹੁਤ ਖੁਸ਼ ਥੀ ਹੈ, ਜਿਹੜਾ ਕਿ ਮੇਰੇ ਭਰਾ ਨੇ ਲੈ ਰੱਖੀਆਂ ਮਛਲੀਆਂ ਕਛੂਏ।
ਕਿਉਂਕਿ ਇਹ ਮੇਰੀ ਭਤੀਜੀ ਬਹੁ ਖੇਡਦੀ ਹੈ ਮਛਲੀਆਂ ਨਾਲ। ਘਰ ਵੜਦੇ ਨਾਲ ਪਹਿਲੇ ਮੇਰੀ ਭਤੀਜੀ ਨੇ ਆਪਣੇ ਵਿਖਾਏ ਮੇਰੇ ਕੋਲ ਖਿਲੋਣੇ ਕਹਿੰਦੀ ਹੈ, ਬੂਆ ਵੇਖੋ ਇਹ ਮੇਰੇ ਖਿਲੋਣੇ, 1 2 ਸਾਰੀ ਗਿਣਤੀ ਕਰਕੇ ਸੁਣਾਈ ਹੈ। ਇਹ ਗੱਡੀਆਂ ਦੇ ਢੇਰ ਲਾ ਰੱਖੇ ਨੇ, ਇਹਨੇ ਇੰਨਾ ਸ਼ੌਕ ਹੈ ਨਾ ਗੱਡੀਆਂ ਦਾ, ਇਵੇਂ ਹੀ ਮੈਨੂੰ ਕੋਈ ਸ਼ੌਕ ਹੁੰਦਾ ਸੀ ਬਚਪਨ 'ਚ, ਤੇ ਇਵੇਂ ਹੀ ਹੈ ਕੁਛ ਹੋ ਕੇ। ਤੇ ਇੱਥੇ ਮੈਂ ਇਹਦਾ ਡਾਕਟਰ ਸੈਟ ਲੈ ਕੇ ਦਿੱਤਾ ਸੀ ਨਾ, ਇੱਥੇ ਆਪਣੀ ਡੋਲ ਦਾ ਮੈਂ ਸਾਰਾ ਬੁਖਾਰ ਬਖੂਰ ਸਾਰਾ ਚੈੱਕ ਰਹਿੰਦੀ ਪਈ, ਬੱਚਿਆਂ ਕੋਲ ਵੇਖ ਕੇ ਨਾ ਇਵੇਂ ਲੱਗਦਾ ਘਰ 'ਚ ਰੌਣਕ ਆ ਗਈ, ਇਵੇਂ ਚੈੱਕ ਰਹਿੰਦੀ ਪਈ ਜਿਵੇਂ ਡਾਕਟਰ ਲੱਗੀ ਹੋਈ ਹੋਵੇ। ਚਲੋ ਜੀ, ਪੈਸੇ ਵਸੂਲ ਥੀ ਵੇਂਦੇ ਜੇ ਬੱਚਾ ਖੁਸ਼ ਹੋਵੇ ਜੇ ਖਿਲੌਣੇ ਵੇਖ ਕੇ। ਤੇ ਮੈਂ ਵੀ ਬਹੁ ਦਿਨ ਬਾਅਦ ਇਹ ਕੋ ਮਿਲ ਲਿਆ, ਪਹਿਲੇ ਤਾਂ ਮੇਰੇ ਕੋ ਲੱਗਦਾ ਸੀ ਸ਼ਾਇਦ ਮੇਰੇ ਨਾਲ ਬੁਲੇਸੀ ਵੀ ਕਹਿਣਾ, ਫਿਰ ਮੇਰੇ ਨਾਲ ਇੰਨਾ ਗੁਲ ਮਿਲ ਗਈ, ਹੁਣ ਤਾਂ ਛੁੜੇਂਦੀ ਵੀ ਕਹਿਣੀ ਪਈ। ਤੇ ਰਾਤੀ ਜ਼ਿਆਦਾ ਭੁੱਖ ਕਹਿਣਾ ਸੀ, ਫਿਰ ਵੀ ਮੈਨੂੰ ਨੇ ਆਖਿਆ ਮੇਰੇ ਵਾਸਤੇ ਮੈਗੀ ਬਣਾ ਦਿਉ, ਤਾਂ ਫਿਰ ਸਾਰਿਆਂ ਨੇ ਮੈਗੀ ਖਾ ਲਈ। ਤੇ ਇਹ ਫਿਰ ਆ ਗਈ ਰਸੋਈਏ ਸਾਡੇ ਨਾਲ ਪੰਗੇ ਲਵਣ ਕਿ ਮੈਂ ਵੀ ਰਸੋਈਏ ਚਾਸਾਂ। ਤੇ ਰਸੋਈ ਨਾਲ ਕੁਛ ਨਾ ਕੁਛ ਕੁਛ ਨਾ ਕੁਛ ਹਰਕਤਾਂ ਕਰੇਂਦੀ ਹੀ ਰਹਿੰਦੀ ਹੈ, ਛੋਟੀ ਜਿਹੀ ਨਾ ਘਰ 'ਚ ਇਤਨੀ ਚਹਿਲ ਪਹਿਲ ਰਹਿੰਦੀ ਹੈ, ਬਸ ਇਹਦੇ ਨਾਲ ਹੀ ਘਰ 'ਚ ਰੌਣਕ ਹੈ। ਬਾਕੀ ਤਾਂ ਸਾਰੇ ਦੇ ਸਾਰੇ ਇਵੇਂ ਉਨੀ ਤਾਂ ਇਕੱਲੇ ਬੋਰ ਹੀ ਬੈਠੇ ਰਹੂ, ਬੱਚੇ ਨਾਲ ਹੀ ਰੌਣਕ ਹੁੰਦੀ ਹੈ। ਤੇ ਇੱਥੇ ਬਾਅਦ 'ਚ ਤਾਂ ਇੰਨਾ ਖੁਸ਼ ਥਈ ਖੇਡ ਖੇਡ ਕੇ, ਮੇਰੇ ਪਿੱਛੋਂ ਵੱਜੇ ਕਦੇ ਵਿਰਾਹ ਦੇ ਪਿੱਛੋਂ ਕਦੇ ਕੁਛ, ਕਿ ਬਸ ਹੁਣ ਘਰ 'ਚ ਨਹੀਂ ਤਾਂ ਇਕੱਲੀ ਹੁੰਦੀ ਹੈ ਨਾ ਪੂਰਾ ਦਿਨ, ਤਾਂ ਘਰ 'ਚ ਇਤਨੀ ਬੋਰ ਥੀਂਦੀ ਹੈ, ਮਾਂ ਪਿਓ ਕੋ ਪਰੇਸ਼ਾਨ ਕਰਦੀ, ਹੁਣ ਮੈਨੂੰ ਕੋ ਵੇਖ ਕੇ ਇੰਨੀ ਖੁਸ਼ ਥੀਂਦੀ ਪਈ ਹੈ। ਤੇ ਚਲੋ ਜੀ, ਕਰਿੰਦੇ ਕਰਿੰਦੇ ਥੀ ਗਈ ਰਾਤ, ਹੁਣ ਮੈਂ ਕਰੇ ਸਾਂ ਆਰਾਮ। ਤੇ ਤੁਹਾਕੂ ਮੇਰੀ ਅੱਜ ਦੀ ਰਾਮ ਰਾਮ।